ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟਰ ਡੇਰੀ ਫਾਰਮਿੰਗ ਤੇ ਅੱਜ ਤੁਹਾਡੇ ਲਈ ਲੈ ਕੇ ਹਾਜ਼ਰਾਂ ਤੀਜਾ ਸੂਆ ਮੱਝ ਬਹੁਤ ਹੀ ਸੋਹਣੀ ਤੇ ਸਾਫ਼ ਸੁਥਰੀ ਦਿਨੇ ਇਸ ਬਾਰੇ ਡਿਟੇਲ ਜੁੜੇ ਰਹੋ ਆਪਣੇ ਚੈਨਲ ਨਾਲ ਸਭ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤੇ ਨਾਲ ਲੱਗਿਆ ਬੈਲ ਆਈਕਨ ਜ਼ਰੂਰ ਦਬਾਉਣ ਇਸ ਬਾਰੇ ਡਿਟੇਲ ਦਿੰਨੇ ਤੀਜਾ ਸੂਆ ਮਾਝਾ ਆ ਚਲਾ ਕੇ ਤੁਹਾਨੂੰ ਦਿਖਾਤੀ ਆ ਥਾਂਲੇਵੇ ਦੀ ਤੁਸੀਂ ਨੋਟ ਕਰ ਸਕਦੇ ਹੋ ਬਹੁਤ ਹੀ ਜਿਆਦਾ ਸਾਫ ਆ ਤੇ ਬਹੁਤ ਹੀ ਮੋਟਾ-ਮੋਟਾ ਥਾਂ ਲੱਗਿਆ ਸਿੰਘ ਦੀ ਕੁਆਲਿਟੀ ਦੇਖੋ ਨਿੱਕਾ-ਨਿੱਕਾ ਬਿਲਕੁਲ ਸਿੰਘ ਲੱਗਿਆਗਾ ਬਹੁਤ ਜਿਆਦਾ ਬੂਥਬਾਦ ਦੀ ਸੋਹਣੀ ਆ ਹਾਈਟ ਵੀ ਚੰਗੀ ਆ ਤੇ ਲੈਂਥ ਵੀ ਬਹੁਤ ਵਧੀਆ ਆ ਲੈਵਾ ਇੱਥਰ ਤੁਸੀਂ ਦੇਖ ਸਕਦੇ ਹੋ ਖੁੱਲੇ ਲੈਵੇ ਦੀ ਆ ਅਜੇ ਤਕਰੀਬਨ 5 ਦਿਨ ਲੈ ਜੂਗੀ ਆ ਦੇਖੋ ਕੱਲਾ ਕੱਲਾ ਥਣ ਲੱਗ ਗਿਆ ਪੂਰਾ ਚਵਾਈ ਵਾਲਾ ਪੂਰੇ ਮੁੱਠੀ ਵਾਲੇ ਥਣ ਲੱਗ ਗਿਆ ਕਦ ਕਾਠ ਵੀ ਬਹੁਤ ਚੰਗਾਗਾ ਇਹ ਤਕਰੀਬਨ 5 ਦਿਨ ਲੈ ਜੂਗੀ ਸੀਲ ਠੰਡੀ ਬਹੁਤ ਆ ਤੇ ਜੇ ਇਹde ਆਪਾਂ ਦੁੱਧ ਦੀ ਗੱਲ ਕਰੀਏ ਦੁੱਧ ਨੇ ਦੂਜਾ ਸੂਏ 15 ਤੋਂ 16 ਲੀਟਰ ਦੁੱਧ ਦਿੱਤਾਗਾ ਮਾਲਕਾਂ ਦੇ ਦੱਸਣ ਮੁਤਾਬਕ ਤੀਜਾ ਸੂਆ ਵੀ ਇੰਨਾ ਦੁੱਧ ਜ਼ਰੂਰ ਦੇ ਜੂਗੀ 15-16 ਲੀਟਰ ਆ ਤੁਰਤੀ ਤੁਹਾਨੂੰ ਦਿਸ ਰਹੀ ਹੋਊਗੀ ਸੀਲ ਠੰਡੀ ਵੀ ਬਹੁਤ ਆ ਲੇਵਾ ਤੁਸ ਤੁਹਾਨੂੰ ਪਤਾ ਲੱਗ ਹੀ ਗਿਆ ਨੰਦ ਅੱਜਾ ਲਾ ਹੀ ਲੈਣਾ ਤੁਸੀਂ ਲੇਵੇ ਤੇ ਤੁਹਾਨੂੰ ਹਲਕੀਆਂ ਹਲਕੀਆਂ ਮਿਲਕਵੇਨਸ ਵੀ ਦਿਖਾਈ ਦੇ ਦੇਣਗੀਆਂ ਬਾਕੀ ਖੁੱਲੇ ਲੇਵੇ ਦੀ ਹਜੇ 5 ਦਿਨ ਲੱਜੂਗੀ ਹਵਾਨਾ ਹਜੇ ਹੋਰ ਭਰੂਗੀ ਤੇ ਬਾਕੀ ਸੀਲ ਠੰਡੀ ਪੂਰੀ ਆ ਤੇ ਇਹਦੇ 1470 ਦੱਸਦਾ ਸੀਮਨ ਲੱਗਿਆ ਮਾਲਕਾਂ ਦੇ ਦੱਸਣ ਮੁਤਾਬਕ ਤੇ ਬਾਕੀ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਬਹੁਤ ਹੀ ਵਾਜਿਬ ਰੇਟ ਰੱਖਿਆ ਆਪਾਂ ਇਹਦਾ ਤੁਹਾਨੂੰ ਪਤਾ ਆਪਣੇ ਕੋਲੇ ਜਿਹੜੇ ਵੀ ਜਾਨਵਰ ਆਉਂਦੇ ਆ ਬਿਲਕੁਲ ਵਾਜਬ ਰੇਟ ਦੇ ਹੁੰਦੇ ਆ ਇਹਦਾ ਰੇਟ ਆਪਾਂ ਰੱਖਿਆ ਜੀ 95000 ਬਾਕੀ ਉਹਦੇ ਵਿੱਚ ਮਾਨਤਾਣ ਹੋ ਜਾਊਗਾ ਤੁਸੀਂ ਕਾਲ ਕਰ ਸਕਦੇ ਹੋ ਫੋਨ ਤੇ ਜੋ ਵੀ ਗੱਲਬਾਤ ਹੈ ਉਹ ਕਰ ਸਕਦੇ ਹੋ ਕਦੋਂ ਵੀ ਤੁਸੀਂ ਫੋਨ ਕਰ ਸਕਦੇ ਹੋ ਤੇ ਆਪਣੀ ਲੋਕੇਸ਼ਨ ਦੀ ਗੱਲ ਕਰੀਏ ਆਪਣਾ ਪਿੰਡ ਹੈਗਾ ਜੀ ਆਸਾ ਬੁੱਟਰ ਜ਼ਿਲ੍ਹਾ ਇਹਨੂੰ ਪੈ ਜਾਂਦਾ ਸ਼੍ਰੀ ਮੁਕਸਰ ਸਾਹਿਬ ਤੇ ਮੁਕਸਰ ਸਾਹਿਬ ਤੋਂ ਇਹ 20 ਕਿਲੋਮੀਟਰ ਪੈ ਜਾਂਦਾ ਜੀ ਤੇ ਬਠਿੰਡੇ ਤੋਂ ਪੈ ਜਾਂਦਾ 30 ਤੋਂ 35 ਕਿਲੋਮੀਟਰ ਤੇ ਇੱਧਰ ਜੇ ਕੋਟਕਪੂਰ ਵਾਲੀ ਸਾਈਡ ਤੋਂ ਗੱਲ ਕਰੀਏ ਕੋਟਕਪੂਰ ਵਾਲੀ ਸਾਈਡ ਤੋਂ 20 25 ਕਿਲੋਮੀਟਰ ਪੈ ਜਾਂਦਾ ਬਾਕੀ ਕਦੋਂ ਵੀ ਆਉਣਾ ਤੁਸੀਂ ਫੋਨ ਲਾ ਸਕਦੇ ਹੋ ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਡੇਲੀ ਨਮਗਨਮੀਆਂ ਵੀਡੀਓ ਆਉਂਦੀਆਂ ਰਹਿਣੀਆਂ ਬਹੁਤ ਬਹੁਤ ਧੰਨਵਾਦ